ਕਿੰਨਾ ਵਧੀਆ ਦ੍ਰਿਸ਼ ਹੈ ਯਾਰ ਹਨਾ ਪਿੰਡ ਦਾ ਮਾਹੌਲ ਤੰਦਰਾ ਸਪੀਡ ਬ੍ਰੇਕਰ ਦੇ ਤੂੰ ਤਾਂ ਛੱਕੇ ਲਵਾ ਦੇ ਚੱਲ ਫਿਰ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ ਵੀ ਤੂੜੀ ਦਾ ਕੁੱਪ ਆ ਵੀ ਤੂੜੀ ਇਹਦੇ ਵਿੱਚ ਜਿਹੜੀ ਹੈ ਇਕੱਠੀ ਕਰਕੇ ਰੱਖੀ ਹੋਈ ਆ ਹਨਾ ਅਤੇ ਪਿੰਡਾਂ ਦੇ ਵਿੱਚ ਕਈ ਇੱਦਾਂ ਦੀਆਂ ਹੈਗੀਆਂ ਨੇ ਆਪਾਂ ਕਹਿ ਦਈਏ ਵੀ ਸੱਭਿਆਚਾਰ ਵੀ ਜਾਂ ਪੁਰਾਣੇ ਕੋਈ ਹਥਿਆਰ ਤੋਂ ਭਾਵ ਮੇਰੇ ਕਹਿਣ ਦਾ ਮਤਲਬ ਕਿ ਕੁਹਾੜੇ ਹੋ ਗਏ ਜਾਂ ਆਪਣਾ ਕਹਿ ਦਈਏ ਤੇਸੀ ਹੋ ਗਈ ਹਨਾ ਦਾਤ ਹੋ ਗਏ ਇਹ ਆਪਾਂ ਕਹੀਏ ਵੀ ਸੱਭਿਆਚਾਰ ਦੇ ਵਿੱਚ ਹੀ ਆ ਜਾਂਦੀਆਂ ਇਹ ਲੋਕਾਂ ਨੂੰ ਨਹੀਂ ਪਤਾ ਚੀਜ਼ਾਂ ਅੱਜ ਕੱਲ੍ਹ ਬਹੁਤੀਆਂ ਅਤੇ ਕਿਸੇ ਦਿਨ ਇਹਦੇ 'ਤੇ ਵੀ ਆਪਾਂ ਗੱਲ ਕਰਾਂਗੇ ਚਰਚਾ ਕਰਾਂਗੇ ਇਹਨਾਂ ਚੀਜ਼ਾਂ 'ਤੇ ਵੀ ਪਰ ਫਿਲਹਾਲ ਜਿਹੜਾ ਤੁਸੀਂ ਪਿੰਡ ਦਾ ਦ੍ਰਿਸ਼ ਦੇਖ ਰਹੇ ਹੋ ਕਿ ਇਹ ਪਿੰਡ ਦਾ ਮਾਹੌਲ ਹੈ ਹਨਾ ਪਿੰਡ ਦੇ ਆਪਾਂ ਸਿਮੀਆਂ ਪਿੰਡ ਪਹੁੰਚਣ ਵਾਲੇ ਹਾਂ ਪਰ ਵੇਖੋ ਕਿੰਨੇ ਲੋਕਾਂ ਦੇ ਖੁੱਲ੍ਹੇ ਡੁੱਲੇ ਮਾਹੌਲ ਹੈਗੇ ਆ ਘਰ ਬਾਰ ਖੁੱਲ੍ਹੇ ਨੇ ਆਪਾਂ ਬਜ਼ੁਰਗਾਂ ਨੂੰ ਮਿਲੇ ਸੀ ਬਾਈ ਹੋਰਾਂ ਨੂੰ ਮਿਲੇ ਰਾਹ ਦਾ ਪੁੱਛਿਆ ਅਤੇ ਕਿੰਨੇ ਵਧੀਆ ਤਰੀਕੇ ਨਾਲ ਦੱਸਣੇ ਤਾਂ ਸ਼ਹਿਰ ਦੇ ਲੋਕ ਤਾਂ ਉਹੀ ਮੱਥੇ ਸੜੇ ਰਹਿੰਦੇ ਆ ਨਾ ਵੀ ਕੋਈ ਦਿਖੇ ਨਾ ਜੀ ਕੋਈ ਮਤਲਬ ਬੋਲੀ ਨਹੀਂ ਵਧੀਆ ਹੁੰਦੀ ਉਹਨਾਂ ਦੀ ਅਤੇ ਇੱਥੇ ਦੇਖੋ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਦਾ ਕਿੰਨਾ ਵਧੀਆ ਬੋਲਦਾ ਡਾਕਟਰ ਸਾਹਿਬ ਇਹ ਆ ਗਈ ਕੀ ਦੱਸਿਆ ਸੀ ਉਹਨਾਂ ਨੇ ਆਪਾਂ ਨੂੰ ਇੱਥੇ ਸਿੱਧਾ ਹੀ ਜਾਣਾ ਪੈਣਾ ਲੱਗਦਾ ਚੱਲ ਗਈ ਚੱਲ ਚੱਲ ਜਾਣਦੇ ਸਿੱਧਾ ਹੀ ਰਾਹ ਹੀ ਰਾਹ ਹੀ ਰਾਹ